ਫਾਜ਼ਿਲਕਾ ਦੇ ਪਿੰਡ ਚਾਨਣਵਾਲੀ ਅਤੇ ਪਿੰਡ ਕੇਰੀਆਂ ਦੇ ਲੰਘਦੇ ਇੱਕ ਪੱਕੇ ਖਾਲ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਇੱਕ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਇਸ ਦੀ ਪਹਿਚਾਣ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਹਰਵੰਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਚਾਨਣਵਾਲੀ ਅਤੇ ਪਿੰਡ ਕੇਰੀਆਂ ਵਿਚਕਾਰ ਲੰਘਦੇ ਪੱਕੇ ਖਾਲ ਦੇ ਵਿੱਚ ਇੱਕ ਗਲੀ ਸੜੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਸੂਚਨਾ ਪਿੰਡ ਦੇ ਸਰਪੰਚ ਵੱਲੋਂ ਦਿੱਤੀ ਗਈ ਹੈ। ਮ੍ਰਿਤਕ ਦੀ ਉਮਰ 40-45 ਸਾਲ ਜਾਪਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਚਾਣ ਦੇ ਲਈ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਲਾਸ਼ ਨੂੰ ਰੱਖਿਆ ਗਿਆ ਹੈ ਅਤੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਇਸ ਦਾ ਸੰਸਕਾਰ ਕੀਤਾ ਜਾਵੇਗਾ। ਪਿੰਡ ਚਾਨਣਵਾਲੀ ਅਤੇ ਕੇਰੀਆਂ ਪਿੰਡ ਦੇ ਲਿੰਕ ਰੋਡ 'ਤੇ ਪੱਕੇ ਖਾਲ ਦੀ ਟੈਲਾਂ ਤੋਂ ਡੈੱਡ ਬੋਡੀ ਲਾਸ਼ ਮਿਲ ਰਹੀ ਹੈ। ਸਰਪੰਚ ਨੇ ਸਾਨੂੰ ਸਵੇਰੇ ਇਤਲਾਹ ਦਿੱਤੀ, ਕਹਿੰਦਾ ਵੀ ਡੈੱਡ ਬੋਡੀ ਟੈਲਾਂ 'ਚ ਫਸੀ ਹੈ, ਜਿਸ ਸੰਬੰਧੀ ਅਸੀਂ ਸਵੇਰੇ ਗਏ ਅਤੇ ਡੈੱਡ ਬੋਡੀ ਲੈ ਕੇ ਆਏ। ਜਿਹੜੀ ਪਾਣੀ 'ਚ ਤੈਰਦੀ ਡੈੱਡ ਬੋਡੀ ਮਿਲੀ ਹੈ, ਗਲ ਸੜ ਚੁੱਕੀ ਹੈ, ਜਿਹਦੀ ਕੋਈ ਸ਼ਨਾਖਤ ਨਹੀਂ ਹੋ ਸਕਦੀ। ਇਹ ਮੇਲ ਦੀ ਹੈ, ਇਹਦੇ ਜਦੋਂ ਹੱਥ 'ਤੇ ਇੱਕ ਫੋਮ ਲਿਖਿਆ ਹੈ ਅਤੇ ਖੱਬੇ ਡੋਲੇ 'ਤੇ ਖੰਡਾ ਸਾਹਿਬ ਦਾ ਟੇਟੂ ਬਣਿਆ, 40-45 ਦੇ ਕਰੀਬ। ਅਤੇ ਹੁਣ ਅਗਲੀ ਕਾਰਵਾਈ ਕੀ ਰਹੇਗੀ ਤੁਹਾਡੀ ਜੀ? ਤਾਂ ਆਈਡੈਂਟੀਫਾਈ ਲਈ 72 ਘੰਟੇ ਲਈ ਰੁਕਾਈ ਹੈ, ਜੇ ਕੋਈ ਵਾਰਸ ਸ਼ਨਾਖਤ ਹੁੰਦੀ ਠੀਕ ਹੈ, ਨਹੀਂ ਤਾਂ 170 ਦੀ ਕਾਰਵਾਈ ਆਉਣ ਵਿੱਚ ਲੈਂਦੀ ਹੈਗੀ। ਕੇਰੀਆਂ ਪਿੰਡ ਦੇ ਚਾਨਣ ਵਾਲੀ ਮੰਡੀ ਦੇ ਵਿਚਾਲ ਦੀ ਇੱਕ ਪੱਕਾ ਖਾਲਾ ਜੀ, ਉਹਦੇ ਸੈਂਟਰ ਦੇ ਵਿੱਚ ਨਾ ਟੇਲਾਂ ਫਸੇ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।